وليا وحافظا وقائدا وناصرا ودليلا وعينا حتى تسكنه أرزاقا طوعا وتمضيه فيها طويلا. اللهم صل على محمد وعلى محمد. السلام عليك يا حسام الحجج. السلام عليك يا حسام الحجج. السلام عليك يا حسام الحجج. اللهم صل على محمد وعلى محمد. كريم الله اس مقدس دربار دی عزت صدقہ بانیان دا صفے اعظم چھایا اپنے دربار وچ منظور مقبول فرما. مظلوم کربلا دے آخری سجدے دا واسطہ تمام شیعہ نے حیدر کرام کو نماز پنج گانا ادا کرنے کی توفیق عطا فرما. مسافر شام دی بھی عزت صدقہ مجلس شبیر کوئی بیمار ہے تو صحت عطا فرما، کوئی بے رزق ہے تو رزق عطا فرما، کوئی بے اولاد ہے تو اولاد نرینہ عطا فرما. مسافر شام بی بی دے صدقہ تمام سادات و مومنین میری ماما بہنا دیاں کو ایران عراق شام دی زواری نصیب فرما. ضرور آمینہ سو کریم اللہ سیدہ سلام اللہ علیہ عزت صدقہ سارے حقیقی وارث سرکار امام زمانہ بادشاہ دا جلد ظہور فرما. سادات و مومنین دے نیک حاجات منظور و مقبول فرما. اللہم صلی علی محمد و آل محمد. نعرہ تکبیر، نعرہ رسالت، کل ایمان، نعرہ حیدری، صلوات بلند آواز دار پڑھو. الحمدللہ خیر سارے صاحبان تشریف فرماؤ. اللہ نے جنہیں آل محمد عزت عطا کی تھی کوشش کرو با جماعت بلند صلوات پڑھو. والے ماشاء اللہ لا حول ولا قوة الا باللہ العلی العظیم. بسم اللہ حاجات منظور و مقبول فرمائے. اس مجلے سے مظلوم دے اثر خود بانی ہے ایک بانی کی حیثیت، اس واسطے ممبر مظلوم دے آگے ہیں جو شامل مولا دے عظیم ذاکران دی لسٹ. جدہ حجت خدا دے دربار جاوے تو میں حقیر دا نام ہی ایک کونے تے درج ہوئے. بسم اللہ کرام، توجہ میرے پاس راوے. میرے آقا سرکار امام زین العابدین علیہ السلام میرے چوتھے امام کو میں کوئی فضول بات کروں گا آدھی بنا میں ذکر شروع کر دیتا ہوں. سونی توجہ کی تھی بیٹھے ہو، مولا تمہارے نیک حاجات منظور فرما. میرے چوتھے امام کو ایک یہودی آیا مدینے، آ کے آدھے مولا میں تو پاک دادا ابو الائمہ امیر المومنین علی ابن ابی طالب دی زندگی تے میں کتاب لکھی ہے جن چار جلدن ترے جلداں مکمل ہو گئی ہیں. مولا میں حاضر ہی واسطے ہو گیا جو آخری جلد راندی ہے میں امیر کائنات دا قابج آونا پڑھے، میں معراج دے رسول تو پہلے ونجنا پڑھے لکھے. مولا میں خیبر لکھیے، میں خندق لکھیے، میں احد لکھیے، میں بیر علم لکھیے. جڑے توجہ چ بیٹھے، بسم اللہ، میں بیر علم
ਲਿਖੀ ਮੌਲਾ ਮੈਂ ਮੌਲਾ ਦੀ ਜ਼ਿੰਦਗੀ ਦੇ ਉੱਤੇ ਤ੍ਰੈ ਕਿਤਾਬਾਂ ਮੁਕੰਮਲ ਤ੍ਰੈ ਜਿਲਦਾਂ ਮੁਕੰਮਲ ਬੋਲੋ ਕਰ ਚੁੱਕਾ ਆਖਰੀ ਕਿਤਾਬ ਆਖਰੀ ਜਿਲਦ ਰਹਿੰਦੀ ਹੈ ਮੌਲਾ ਮੈਂ ਤੁਹਾਡੇ ਕੋਲ ਟੂਰ ਕਰਨ ਵਾਸਤੇ ਆਇਆ ਮੈਂ ਸੁਣਿਆ ਅਮੀਰ ਉਲ ਮੋਮਿਨੀਨ ਅਲੀ ਇਬਨ ਅਬੀ ਤਾਲਿਬ ਦਾ ਬਹੁਤ ਬੜਾ ਪਿਆਰ ਹੈ ਆਪਣੀ ਇੱਜ਼ਤ ਵਾਲੀ ਮਖਦੂਮਾ ਮੁਅੱਜ਼ਮਾ ਸੈਯਦਾ ਆਲੀਆ ਸਲਾਮੁਲਲਾਹ ਅਲੈਹਾ ਨਾਲ ਆਪਣੀ ਵੱਡੀ ਧੀ ਨਾਲ ਅਲੀ ਇਬਨ ਅਬੀ ਤਾਲਿਬ ਦਾ ਬਹੁਤ ਵੱਡਾ ਪਿਆਰ ਆ ਤੇ ਮੌਲਾ ਮੈਂ ਆ ਹੀ ਮਸਤ ਗਈਆਂ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਬੈਠੇ ਹੋ ਦਸਤ ਬਸਤਾ ਗੁਜ਼ਾਰਿਸ਼ ਕਰੇ ਸਾ ਮੇਰੇ ਲਫ਼ਜ਼ਾਂ ਦੇ ਨਾਲ ਦੱਸੋ ਤਵੱਜੋ ਕਰੇ ਸੋ ਮੌਲਾ ਮੈਂ ਆ ਹੀ ਮਸਤ ਗਈਆਂ ਗੁਜ਼ਾਰਿਸ਼ ਮੇਰੀ ਇਹ ਹੈ ਜੋ ਮੈਂ ਅਮੀਰ ਉਲ ਮੋਮਿਨੀਨ ਦੀ ਜ਼ਿੰਦਗੀ ਦੇ ਆਖਰੀ ਲਮਹਾਤ ਵਿੱਚ ਉਹ ਜਿੰਦ ਹੈ ਉਹ ਕਿਤਾਬ ਹੈ ਮੌਲਾ ਮੈਂ ਲਿਖਣਾ ਇਹ ਕਿ ਜਿੱਦਾਂ ਤੁਹਾਡੇ ਪਾਕ ਦਾਦਾ ਅਮੀਰ ਉਲ ਮੋਮਿਨੀਨ ਘਰ ਤਸ਼ਰੀਫ ਲਿਆਉਂਦੇ ਆ ਉਹ ਘਰ 'ਚ ਦਾਖਲ ਕਿਵੇਂ ਨਾ ਸਲਾਮ ਦੇ ਬਾਅਦ ਸਭ ਤੋਂ ਪਹਿਲੇ ਕਹਿੰਦੇ ਹੁਜਰੇ 'ਚ ਬਹਿੰਦੇ ਆ ਜਿੱਦਾਂ ਉਹ ਉਹਨਾਂ ਦੇ ਚਿਹਰੇ 'ਤੇ ਤਬੱਸਮ ਹੋਇਆ ਅਤੇ ਅਮੀਰ ਉਲ ਮੋਮਿਨੀਨ ਮੁਸਕਰਾਵੇਂ ਹਾਂ ਤੋ ਦੰਦਾਂ ਨੇ ਮੁਬਾਰਕ ਕਿਤਨਾ ਇੱਕ ਜ਼ਹਿਰ ਹੁੰਦੇ ਆ ਅਤੇ ਅਗਲੀ ਗੱਲ ਮੈਂ ਇਹ ਪੁੱਛਣ ਵਾਸਤੇ ਆਇਆ ਜਿੱਦਾਂ ਅਮੀਰ ਉਲ ਮੋਮਿਨੀਨ ਘਰ ਤਸ਼ਰੀਫ ਆ ਘਿੰਨਾ ਵੇ ਨਾ ਅਤੇ ਤੁਹਾਡੀ ਪਾਕ ਅੰਮਾ ਆਲੀਆ ਮਖਦੂਮਾ ਉਹਨਾਂ ਦੇ ਚਿਹਰੇ ਦੀ ਜ਼ਿਆਰਤ ਕਰੇ ਨਾ ਮੰਨ ਕੇ ਪੁੱਤਰੀ ਕੋਲ ਮੈਂ ਕੋਈ ਇਸੇ ਗੱਲ ਦਾ ਪੁੱਛ ਦਿਓ ਜੋ ਅਮੀਰ ਉਲ ਮੋਮਿਨੀਨ ਦੇ ਇਹ ਅਬਰੂ ਆਪਸ ਵਿੱਚ ਮਿਲੇ ਹੋਏ ਹਨ ਜਾਂ ਜੁਦਾ ਹਨ ਉਹ ਚਿਹਰੇ 'ਤੇ ਤਬੱਸਮ ਆਵੇ ਆ ਦੰਦਾਂ ਨੇ ਮੁਬਾਰਕ ਕਿਤਨਾ ਇੱਕ ਨਜ਼ਰ ਆਉਂਦੇ ਹਨ ਉਹ ਘਰ ਦੇ ਵਿੱਚ ਆ ਕੇ ਕਿਹੜੀਆਂ ਗੱਲਾਂ ਕਰਦੇ ਹਨ ਕਿਹੜੀਆਂ ਬਾਤਾਂ ਕਰਦੇ ਹਨ ਅਮੀਰ ਉਲ ਮੋਮਿਨੀਨ ਦੇ ਚਿਹਰੇ ਦੀ ਰਾਨਾਈ ਕਿਵੇਂ ਹੁੰਦੀ ਹੈ ਇਹ ਘਰ ਲੱਗੇ ਵੰਜੋ ਮੰਨ ਕੇ ਮੇਰੀ ਤਰਫੋਂ ਆਪਣੀ ਪੁੱਫੀ ਨੂੰ ਗੁਜ਼ਾਰਿਸ਼ ਕਰੋ ਤੈਰ ਇੱਕ ਯਹੂਦੀ ਆਇਆ ਖੜੋ ਤੈ ਕਿਤਾਬ ਕੁਛ ਸਫਾ 'ਤੇ ਅਜਾ ਰਾਂਦੀ ਹੈ ਅਤੇ ਮਿਹਰਬਾਨੀ ਫਰਮਾਓ ਮੈਂ ਪੁੱਫੀ ਕੋਲੋਂ ਪੁੱਛ ਦਿਓ ਜੋ ਮੇਰੀ ਕਿਤਾਬ ਮੁਕੰਮਲ ਹੋ ਵਜੇ ਬਸ ਇਹੋ ਕੁਝ ਮੈਂ ਪੜ੍ਹਨਾ ਹੈ ਮੌਲਾ ਕਹਿਣਾ ਤੋਰੇ ਨੇਕ ਹਜ਼ਾਤ ਮਨਜ਼ੂਰ ਫਰਮਾਵੇਂ ਸ਼ਰੀਫ ਅਦਾਰੋ ਮੇਰਾ ਰਾਤ ਰੋਣ ਵਾਲਾ ਇਮਾਮ ਅੱਖੀ ਚੋਂ ਰਾਤ ਜਾਰੀ ਹੈ ਅੱਲਾ ਗਵਾਹ ਹੈ ਦਾੜੀ ਰੰਗੀ ਨੇ ਫੁੱਫੀ ਦੇ ਸਾਹਮਣੇ ਆ ਖੜੋਤੇ ਹੱਥ ਬਨ ਕੇ ਆਦੇ ਅੰਮਾ ਮੈਂ ਹੀ ਵਾਸਤੇ ਆਇਆ ਬੈਰ ਇੱਕ ਯਹੂਦੀ ਆਇਆ ਖੜੇ ਅਤੇ ਉਹ ਆਖੇ ਮੈਂ ਤੁਹਾਡੇ ਪਾਕ ਬਾਬਾ ਦੀ ਇੱਜ਼ਤ ਦੇ ਕਿਤਾਬ ਲਿਖੀ ਹੈ ਤ੍ਰੈ ਜਿੰਦਾਂ ਮੁਕੰਮਲ ਹੋ ਗਈਆਂ ਆਖਰੀ ਜਿਲਦ ਰਾਂਦੀ ਹੈ ਫੁੱਫੀ ਉਹ ਪੁੱਛਦਾ ਜਿੱਦਾਂ ਤੁਹਾਡਾ ਦਾਦਾ ਅਲੀ ਘਰ ਤਸ਼ਰੀਫ ਗਿਣਾਉਂਦੇ ਹਨ ਉਹਨਾਂ ਦੇ ਚਿਹਰੇ ਦੀ ਰਾਨਾਈ ਉਹਨਾਂ ਦੇ ਦੰਦਾਂ ਨੇ ਮੁਬਾਰਕ ਜਿਹੜਾ ਮੁਸਕਰਾਵੇਂ ਨਾ ਕਿਤਨੇ ਨਜ਼ਰ ਆਉਂਦੇ ਆ ਅਮੀਰ ਉਲ ਮੋਮਿਨੀਨ ਦੇ ਇਹ ਅਬਰੂ ਕਿਤਨੇ ਹੀ ਮਿਲੇ ਹੋਏ ਹਨ ਕਿਤਨੇ ਹੀ ਜੁਦਾ ਹਨ ਫੁੱਫੀ ਅੰਮਾ ਉਹ ਯਹੂਦੀ ਪੁੱਛਦਾ ਤੁਸਾਂ ਦੱਸੈ ਸੋ ਮੈਂ ਉਹ ਬਣ ਕੇ ਦੱਸੈ ਸਾਂ ਮੈਂ ਕੋ ਮੈਂਬਰ ਹੁਸੈਨ ਦੀ ਇੱਜ਼ਤ ਦੀ ਕਸਮ ਹੈ ਅੱਲਾ ਗਵਾਹ ਸ਼ਰੀਫ ਅਜ਼ਾਦਾਰੋ ਅਲੀ ਦੀ ਸ਼ਰੀਫ ਧੀ ਦੇ ਵੈਣ ਬੁਲੰਦ ਹੋਏ ਇਵੇਂ ਜਨਾਬ ਸੱਜਾਦ ਸਰ ਜਿੱਕਾ ਕੀਤਾ ਨੇ ਪੇਸ਼ਾਨੀ ਤੇ ਬੋਸਾ ਦੇ ਕੇ ਆਦੀ ਹੈ ਸੱਜਾਦ ਦੇ ਗਵਾਹੀ ਦੱਸਾਂ ਨੀ ਵੀ ਜੋ ਮੇਰੀ ਮਾਂ ਤਾਂ ਬਾਬੇ ਦਾ ਚਿਹਰਾ ਰੱਜ ਕੇ ਜ਼ਿੰਦਗੀ ਸਾਰੀ ਦਿੱਥਈ ਕੋਈ ਨਹੀਂ ਮੈਂ ਸਦਕੇ ਸੀ ਮੈਂ ਪੂਰੀ ਜ਼ਿੰਦਗੀ ਮੈਂ ਬਿਸਮਿਲਲਾਹ ਮੈਂ ਤਾਂ ਪੂਰੀ ਜ਼ਿੰਦਗੀ ਆਪਣੇ ਅਮੀਰ ਬਾਬੇ ਦਾ ਚਿਹਰਾ ਮੈਂ ਜ਼ੈਨਬ ਰੱਜ ਕੇ ਦਿੱਥਾ ਹੀ ਕੋਈ ਨਹੀਂ ਬਸ ਸ਼ਰੀਫ ਅਦਾਦਾਰਾ ਮੈਂ ਲੱਖ ਦਫ਼ਾ ਇਨਸ਼ਾਅੱਲਾ ਫਰਦੇ ਸਲਾਮਤ ਹੋਵੇ ਮੈਂ ਮੁਖਤਸਰ ਜੇ ਇੱਕ ਜੁਮਲਾ ਪੜ੍ਹਨਾ ਚਾਹੁੰਦਾ ਗੈਰਤਮੰਦੋ ਮੰਨ ਕੇ ਆਖ ਨਾ ਉਹਨੂੰ ਮੇਰੀ ਅੰਮਾ ਬਿਆਦੀ ਹੈ ਜੋ ਮੈਂ ਪੂਰੀ ਜ਼ਿੰਦਗੀ ਆਪਣੇ ਬਾਬੇ ਦਾ ਚਿਹਰਾ ਕਦੀ ਮੈਂ ਜ਼ੈਨਬ ਰੱਜ ਕੇ ਦਿੱਠੇ ਮੈਂ ਤਾਂ ਪਿਓ ਦੇ ਚਿਹਰੇ ਵਾਲੇ ਪਾਸੇ ਦੇਖ ਹੀ ਨਾ ਮਿਲ ਸਕਦੀ ਗੈਰਤਮੰਦੋ ਜੇ ਬੀਬੀ ਨੇ ਪੂਰੀ ਜ਼ਿੰਦਗੀ ਅਲੀ ਜੈਸੇ ਬਾਬੇ ਦਾ ਚਿਹਰਾ ਨਾ ਦਿੱਠਾ ਅੱਲਾ ਜਾਣੇ ਉਹ ਸ਼ਾਮ ਦੇ ਬਾਜ਼ਾਰ ਮੈਂ ਸਦਕੇ ਕੀ ਪਵਾਂ ਮੇਰੀ ਮਜਲਿਸ ਵਿੱਚ ਮਾਤਮੀ ਅਜ਼ਾਦਾਰ ਬੈਠੇ ਅੱਲਾ ਜਾਣੇ ਸ਼ਾਮ ਦੇ ਬਾਜ਼ਾਰ ਦਰਬਾਰ ਨੌ ਨੌ ਘੰਟੇ ਦੀਆਂ ਪੇਸ਼ੀਆਂ ਮੈਂ ਸਦਕੇ ਥੀਵਾਂ ਅੱਬਾ ਐਣ ਕਿਵੇਂ ਗੁਜ਼ਾਰੀਆਂ ਮੈਂ ਲੱਖ ਲੱਖ ਦਫ਼ਾ ਖਾਂ ਉਹ ਅਜ਼ਾਦਾਰ ਹੋ ਜਿਹੜੇ ਸ਼ਰਮ ਕਰਕੇ ਬੈਠੇ ਰੋਂਦੇ ਹੋ ਸ਼ਰਮ ਕਰਕੇ ਨਰੂ ਨਾ ਕਰ ਇਹ ਤੇਰੀ ਆਮ ਹੰਜ ਨਹੀਂ ਮੈਂ ਮਿੰਬਰ ਹੁਸੈਨ ਤੇ ਬਾ ਹਜ਼ੂਰ ਖੜੋਤਾ ਮੈਂ ਕੋਈ ਇੱਜ਼ਤ ਅੱਬਾਸ ਦੀ ਕਸਮ ਹੈ ਤੇਰੇ ਆਸੂ ਤੇਰੇ ਨਜ਼ਦੀਕ ਤਾਂ ਲਿਬਾਸ ਤੇ ਲੱਗਦੇ ਨਹੀਂ ਮਿੰਬਰ ਦੀ ਕਸਮ ਹੈ ਉਲਮਾ ਤੋਂ ਪੁੱਛ ਕੇ ਦੇਖ ਇਹ ਤੇਰੇ ਆਸੂ
ਪਾਕ ਹੁਸੈਨ ਦੀ ਅੰਮਾ ਆਪਣੇ ਰੁਮਾਲ ਤੇ ਖਿਲੇਦੀ ਹੈ। ਤੁਸਾਂ ਘਰ ਲੱਗੇ ਰਹਿੰਦੇ ਹੋ, ਮਜਲਿਸ ਦੀ ਇੱਜ਼ਤ ਦੀ ਕਸਮ ਹੈ ਮੇਰੀ ਸੈਣ ਜੰਨਤੁਲ ਬਕੀ ਨਹੀਂ ਵਹਿੰਦੀ। ਸਰ ਚਾ ਕੇ ਦੇਖੇ ਮੇਰੇ ਪਾਸੇ, ਮਿੰਬਰ ਗਵਾਹ ਹੈ ਅਲੀ ਦੀ ਸਿੱਧੀ ਕਰਬਲਾ ਵਹਿੰਦੀ ਹੈ। ਜ਼ਰੀਏ ਹੁਸੈਨ ਤੇ ਹੱਥ ਰੱਖ ਕੇ ਅਕਬਰ ਦੀ ਦਾਦੀਆ ਦੀ ਕਬਰ ਤੋਂ ਬਹਿਰਾ ਮਾਂ ਜ਼ਖਮਾਂ ਦਾ ਇਲਾਜ ਕਹਿੰਦਾ ਹੈ। ਛਦਕੇ ਛਦਕੇ ਮਾਂ ਜ਼ਖਮਾਂ ਦਾ ਇਲਾਜ ਕਹਿੰਦਾ ਹੈ। ਮਜ਼ਲੂਮ ਹੈ ਕਰਬਲਾ ਕਬਰ ਤੋਂ ਬਹਿਰਾ ਦਿਨ ਹੋ ਮਾਤਮੀ ਜਵਾਨਾ ਹੋ ਮੇਰੀ ਸੈਣ ਅੱਲਾ ਗਵਾਹ ਹੈ ਹੁਸੈਨ ਮਜ਼ਲੂਮ ਦੇ ਹਰ ਇੱਕ ਜ਼ਖਮ ਤੇ ਤੁਸਾਂ ਅਜ਼ਾਦਾਰਾਂ ਦੇ ਆਂਸੂ ਲੈਂਦੀ ਹਰ ਜ਼ਖਮ ਠੀਕ ਹੋਵੇਂਦੇ ਜਿਹੜਾ ਤਵੱਜੋ 'ਚ ਬੈਠੇ।